ਹਾਂਜੀ, ਕਿਵੇਂ ਜੀ ਸਾਰੇ? ਗੁੱਡ ਮਾਰਨਿੰਗ ਜੀ। ਅਤੇ ਅੱਜ ਦਾ ਦਿਨ ਹੈਗਾ 9 ਜਨਵਰੀ ਅਤੇ ਟਾਈਮ ਹੋਵੇ ਸਵੇਰ ਦੇ 3:15। ਅਤੇ ਉੱਠੀਏ ਜੀ, ਤਿਆਰ ਹੋਈਏ ਅਤੇ ਚੱਲੀਏ, ਆਪਣੀ ਸ਼ਿਫਟ ਸਟਾਰਟ ਕਰੀਏ। 4 ਵਜੇ ਆਪਣੀ, 4:30 ਆਪਣੀ ਸ਼ਿਫਟ ਸਟਾਰਟ ਹੋਣੀ ਹੈ। ਅਤੇ ਹੁਣ ਆਪਾਂ ਹੋਈਏ ਤਿਆਰ, ਫਰੈਸ਼ ਹੋਈਏ, ਤਿਆਰ ਹੋਈਏ, ਨਹਾਈਏ ਅਤੇ ਯੂਨੀਫਾਰਮ ਪਾ ਕੇ ਚੱਲੀਏ ਫਿਰ ਆਪਾਂ। ਅਤੇ ਤੁਹਾਨੂੰ ਮਿਲਦੇ ਹਾਂ ਕਿਚਨ 'ਚ। ਹਾਂਜੀ, ਆਪਾਂ ਆਪਣੇ ਰੂਮ ਤੋਂ ਬਾਹਰ ਆ ਵੀ ਗਏ ਅਤੇ ਚੱਲੀਏ ਕਿਚਨ ਵੱਲ ਨੂੰ। ਟਾਈਮ ਹੋ ਗਿਆ 3:30, ਕਿਚਨ ਵੱਲ ਨੂੰ ਚੱਲਦੇ ਹਾਂ ਅਤੇ ਜਾ ਕੇ ਖਾਈਏ ਪੀਏ ਕੁਛ ਅਤੇ ਆਪਣਾ ਲੰਚ ਪੈਕ ਕਰੀਏ ਅਤੇ ਚੱਲਦੇ ਹਾਂ ਜੀ। ਸਾਡਾ ਸਾਰਾ ਹੈਗਾ ਕੈਂਪ, ਆਹ ਸਾਰੇ ਰੂਮਸ ਨੇ ਇੱਧਰ, ਅਤੇ ਇੱਧਰ ਆਹ ਹੈਗੀ ਆ, ਆਹ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਲੌਂਡਰੀ ਹੈ, ਉਹ ਸਾਡਾ ਥੋੜ੍ਹਾ ਜਿਹਾ ਬਾਹਰ ਏਰੀਆ ਬਣਾਇਆ ਹੋਇਆ, ਠੀਕ ਹੈ। ਆਹ ਹੈਗੀ ਸਾਡੀ ਲੌਂਡਰੀ, ਇਹ ਵੀ ਤੁਹਾਨੂੰ ਦਿਖਾਉਣਾ। ਆਹ ਸਾਡੀ ਹੈਗੀ ਹੈ ਜਦੋਂ ਸਾਡਾ ਬਾਰਬੀਕਿਊ ਵਗੈਰਾ ਹੁੰਦਾ, ਉਹ ਹੁੰਦਾ ਇੱਥੇ ਹੁੰਦਾ, ਉਹ ਸ਼ੌਪ ਹੈ ਛੋਟੀ ਜੀ। ਇੱਧਰ ਹੈਗੀ ਹੈ ਲੌਂਡਰੀ, ਤੁਹਾਨੂੰ ਲੌਂਡਰੀ ਵੀ ਦਿਖਾ ਦਿੰਦਾ ਅੱਜ, ਸਾਰੀ ਹੈਗੀ ਲੌਂਡਰੀ। ਉਹ ਵਾਸ਼ਿੰਗ ਵਾਲੇ ਆ, ਅਤੇ ਆ ਹੈਗੀ ਹੈ ਡਰਾਇੰਗ ਵਾਲੇ ਸਪਿਨਰਸ, ਠੀਕ ਹੈ। ਅਤੇ ਆ ਲੋਕਲਸ ਬਣੇ ਹੋਏ ਨੇ, ਕਿਉਂਕਿ ਜਿਹੜਾ ਵੀ ਕੋਈ ਇੱਥੋਂ ਬੰਦਾ ਜਾਂਦਾ ਨਾ, ਜਦੋਂ ਉਹਦਾ ਵੀਕ ਔਫ ਹੁੰਦਾ ਤਾਂ ਉਹ ਆਪਣਾ ਇੱਥੇ ਆਪਣਾ ਸਾਰਾ ਸਮਾਨ ਮਤਲਬ ਕਿ ਰੱਖ ਜਾਂਦਾ। ਸਾਰੇ ਨੇ ਲੋਕਲਸ ਇੱਥੇ। ਅਤੇ ਹੁਣ ਆਪਾਂ ਕਿਚਨ ਨੂੰ ਖਾਂਦੇ ਹਾਂ, ਆਪਾਂ ਆ ਗਏ ਕਿਚਨ 'ਚ। ਕਿਚਨ ਸਾਰਾ ਫੂਡ ਪਿਆ, ਪੈਕ ਹੋਇਆ ਹੋਇਆ, ਆਹ ਬ੍ਰੈਡ ਰੋਲ, ਸੈਂਡਵਿਚ, ਜੂਸ, ਜੋ ਵੀ ਲੈਣਾ। ਆਪਾਂ ਕਰ ਲਿਆ ਸੀਗਾ ਅਤੇ ਉਹ ਵੀ ਦੇਖ ਸਕਦੇ ਹੋ, ਜੋ ਮਰਜ਼ੀ ਆਪਣੀ ਪੈਕਿੰਗ ਕਰੋ ਇੱਥੋਂ। ਕਿਚਨ ਤੋਂ ਬਾਹਰ ਆਏ, ਜਾਂਦੇ ਬੱਸ ਵੱਲ ਨੂੰ। ਇਹ ਸਾਡਾ ਹੈਗਾ ਆਫਿਸ, ਇੱਥੇ ਹੋਏਗੀ ਹੁਣ ਮੀਟਿੰਗ ਹੋਏਗੀ ਸਾਡੀ 10-15 ਮਿੰਟ। ਆਹ ਸਾਡਾ ਬੋਰਡ ਹੈ, ਇੱਥੇ ਸਾਰਾ ਦਿਨ ਦਾ ਕਰਿਆ ਜਾਂਦਾ ਵੀ ਕੀ ਹੁੰਦਾ ਕੀ ਹੁੰਦਾ ਸ਼ਿਫਟ ਵਾਈਜ਼। ਆਹ ਸਾਡਾ ਹੈਗਾ ਰੋਸਟਰ, ਸਾਡਾ ਰੋਸਟਰ ਹੈ ਇੱਧਰ ਸਾਰਾ ਹੁੰਦਾ, ਉਹ ਸਾਡਾ ਆਫਿਸ ਹੈ ਉੱਧਰ। ਇਹ ਕਿਚਨ ਆਪਾਂ ਲੈ ਸੀ ਲੰਚ ਆਪਣਾ, ਅਤੇ ਗੋਪਰੋ ਆਪਣੀ ਵਾਚ ਅਤੇ ਫੋਨ, ਦੋ
ਸਾਈਨ ਕਰਕੇ ਡੇਟ ਪਾ ਕੇ ਅਸੀਂ ਇਹ ਫਾਰਮ ਉੱਥੇ ਰੱਖ ਆਫਿਸ ਦੇ ਵੀ ਦੇਈਦਾ ਇਹ ਸਾਡੀ ਵਰਕਸ਼ਾਪ ਹੈ ਉਹ ਹੈਗਾ ਸਾਡਾ ਕਰਸ਼ਰ ਉੱਧਰ ਆਪਾਂ ਟਰੱਕ ਵੱਲ ਨੂੰ ਜਾ ਰਹੇ ਹਾਂ ਇਹ ਆਪਣਾ ਟਰੱਕ ਖੜ੍ਹਾ ਇੱਥੇ ਵੋਲਵੋ ਆ ਸਟਾਰਟ ਕਰਨਾ ਅੱਜ ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੀ ਕਰਨੀ ਹੈ ਇੰਸਪੈਕਸ਼ਨ ਥੋੜ੍ਹੀ ਬਹੁਤੀ ਜਿਹਨੂੰ ਆਪਾਂ ਪ੍ਰੀ ਸਟਾਰਟ ਕਹਿੰਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਇਹਨੂੰ ਕਰਨਾ ਪੈਂਦਾ ਲੋਕ ਆ ਇਹਦਾ ਲੋਕ ਹੈ ਇਹਨੂੰ ਅਸੀਂ ਲੋਕ ਕਰਨਾ ਹੁੰਦਾ ਪਹਿਲਾਂ ਆਪਾਂ ਬਸਾਨੇ ਕਿੱਥੇ ਕਰਨਾ ਤੁਸੀਂ ਦੇਖਦੇ ਹੋ ਨਾ ਇਹਦਾ ਇੱਥੇ ਹੈਗਾ ਆਹ ਜਗ੍ਹਾ ਹੈ ਆਈਸੋਲੇਟਰ ਇਹਦਾ ਸਾਨੂੰ ਦੇਖੇ ਨਾ ਹੈਡਲਾਈਟ ਉਹਦੇ ਵਿੱਚ ਆਪਾਂ ਇਹਨੂੰ ਲੋਕ ਕਰਨਾ ਹੁੰਦਾ ਦਿਖਾਉਣਾ ਉਹ ਹੁਣ ਇਹਨੂੰ ਆਪਾਂ ਲੋਕ ਕਰਤਾ ਇੱਥੇ ਕਿਉਂਕਿ ਅਸੀਂ ਲੋਕ ਕਰੇ ਤੋਂ ਬਿਨਾਂ ਇਹਨੂੰ ਉਹ ਨਹੀਂ ਕਰਨਾ ਹੁੰਦਾ ਇੰਸਪੈਕਸ਼ਨ ਇਹਨੂੰ ਕਹਿੰਦੇ ਲੋਟੋ ਲੋਕ ਆਊਟ ਟੈਗ ਆਊਟ ਤਾਂ ਇਹਦੇ ਆਪਾਂ ਲੋਕ ਲਾ ਕੇ ਟੈਗ ਲਾ ਕੇ ਇਹਨੂੰ ਆਪਾਂ ਕਰਨਾ ਹੁੰਦਾ ਲੋਕ ਕਰਨਾ ਹੁੰਦਾ ਤਾਂ ਕਿ ਟਰੱਕ ਜਮ੍ਹਾਂ ਵੀ ਮੂਵ ਨਾ ਕਰੇ ਅਤੇ ਉਹ ਤੋਂ ਬਾਅਦ ਆਪਾਂ ਆਹ ਬਾਹਰ ਚੱਕੀ ਆ ਇੱਥੋਂ ਬਾਹਰ ਚੱਕ ਕੇ ਹੁਣ ਆਪਾਂ ਇਹਦਾ ਕਰਨੀ ਹੈ ਟੈਗ ਚੱਕ ਸਾਰੇ ਪੈਰ ਚੈੱਕ ਕਰਨੇ ਕੋਈ ਲੀਕ ਤਾਂ ਨਹੀਂ ਹੈ ਉਹ ਚੈੱਕ ਕਰਨਾ ਸਾਰਾ ਇਹਦੇ ਸਾਰੇ ਇਕੱਲੇ ਇਕੱਲੇ ਟਾਇਰ ਚੈੱਕ ਕਰਨੇ ਨੇ ਇਹਦੇ ਤੁਸੀਂ ਆਪ ਦੇਖ ਲਓ ਹੁਣ ਇਹਦੇ 84 ਟਾਇਰਸ ਨੇ ਅਤੇ 84 ਟਾਇਰਸ ਨੂੰ ਦੇਖ ਲਓ ਹੁਣ ਕਿੰਨੇ ਸਾਰੇ ਬਾਰੀ ਬਾਰੀ ਚੈੱਕ ਕਰਨੇ ਨੇ ਸਾਰਾ ਕੁਛ ਚੈੱਕ ਕਰਨਾ ਹੁੰਦਾ ਵੀ ਕੋਈ ਤਾਰ ਤਾਂ ਨਹੀਂ ਲੂਜ਼ ਹੋਈ ਹੋਈ ਕੋਈ ਲੀਕ ਤਾਂ ਨਹੀਂ ਹੈਗਾ ਕੋਈ ਹਾਈਡ੍ਰੋਲਿਕ ਲੀਕ ਤਾਂ ਨਹੀਂ ਕੋਈ ਕੁਛ ਤਾਂ ਨਹੀਂ ਹੈਗਾ ਅਤੇ ਆਪਾਂ ਤਾਂ ਇਹਨਾਂ ਦੇ ਟਾਇਰਾਂ 'ਤੇ ਮਾਰ ਕੇ ਇਹਨਾਂ ਦਾ ਪ੍ਰੈਸ਼ਰ ਚੈੱਕ ਕਰੀਦਾ ਜੇ ਕੋਈ ਟਾਇਰ 'ਚ ਹਵਾ ਘੱਟ ਹੁੰਦੀ ਤਾਂ ਉਹਦਾ ਪਤਾ ਲੱਗ ਜਾਂਦਾ ਕਰੀਦੀ ਠੀਕ ਹੈ ਸਾਰਾ ਪਿੱਛੋਂ ਸਾਈਨ ਲਾਈਟਾਂ ਇੰਡੀਕੇਟਰ ਸਾਰੇ ਚੈੱਕ ਕਰੀਦੇ ਇਹ ਵੀ ਆਪਾਂ ਆਹ ਸਾਈਡ ਕਰਨੀ ਚੈੱਕ ਸਾਰੀ ਇੱਦਾਂ ਆਪਾਂ ਸਾਰਾ ਟਾਇਰ ਚੈੱਕ ਕਰਨੇ ਅਤੇ ਨਾਲ ਦੇ ਨਾਲ ਆਪਾਂ ਜਿਹੜੇ ਆ ਵੀਲ ਹੈ ਨਾ ਆ ਵੀਲ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਐਰੋ ਲੱਗੇ ਹੋਏ ਨੇ ਆਪਾਂ ਇਹ ਵੀ ਚੈੱਕ ਕਰਨੇ ਇਹਨਾਂ ਨੂੰ ਕਹਿੰਦੇ ਇੰਡੀਕੇਟਰਸ
ਤਾਂ ਕਿ ਨਾ ਇਹਨਾਂ ਤੋਂ ਨਾ ਪਤਾ ਤੁਹਾਨੂੰ ਵੀ ਨਾ ਲੱਗਦਾ ਜਿਹੜਾ ਵੀ ਕੋਈ ਟਾਇਰ ਤਾਂ ਨਹੀਂ ਲੂਜ਼, ਕੋਈ ਯਾਨੀ ਕਿ ਨੱਟ ਤਾਂ ਨਹੀਂ ਲੂਜ਼ ਹੈਗਾ ਜਾਂ ਕੁਛ ਇੱਦਾਂ। ਆਹ ਦੇਖੋ ਜਿਵੇਂ ਆਇਆ ਨਾ ਇੰਡੀਕੇਟਰ, ਜੇ ਕੋਈ ਮੂਵ ਹੋਇਆ ਹੁੰਦਾ ਤਾਂ ਉਹਦਾ ਪਤਾ ਉਹਨਾਂ ਲੱਗ ਜਾਂਦਾ ਵੀ ਇਹ ਨਹੀਂ ਠੀਕ ਹੈਗਾ। ਅਤੇ ਇੱਦਾਂ ਹੀ ਬਸ ਆਹ ਸਾਰੇ ਟਾਇਰ ਚੈੱਕ ਕਰਕੇ ਆਪਣੀ ਸਟੱਪਨੀ ਹੋਈ ਹੋਈ ਹੈ, ਪੈਂਚਰ ਵੀ ਕਰਾਉਣੀ ਹੈ ਸੈੱਟ। ਅਤੇ ਦੁਬਾਰਾ ਸਾਰਾ ਚੈੱਕ ਕਰਨਾ ਵੀ ਕੋਈ ਹੈਗਾ ਤਾਂ ਨਹੀਂ, ਕੋਈ ਖਰਾਬ ਤਾਂ ਨਹੀਂ, ਕੋਈ ਕੁਛ। ਅਤੇ